सबसक्राइब करो निडर आवाज टीवी नू ते ताजा वीडियोस पाउन लई बैल दा बटन। सस गर्भवती नूं अते पोतरी दी भेद भरे हालातां च मौत। तरन तारण दे इक घर च बीते दिनी इको परिवार दे तीन मैंबरां दी भेद भरे हालातों च मौत हो जाण दा समाचार प्राप्त होया है। जानकारी अनुसार गुरु तेग बहादुर नगर की गली हनुमान वाली विखे एक घर च सस नूं अते पोतरी दीआं लाशां मिलण नाल इलाके विच सनसली फैल गई। उधर मिली हुई जानकारी अनुसार नूं गीतेंद्र कौर, सस प्रीतम कौर अते पोतरी नूर दी किसी जहरीले पदार्थ निकलण कारण मौत हो गई। इस घटना की सूचना आले दुआले दे लोकां वल्लों पुलिस नूं दित्ती गई, जिस तों बाद घटना वाली थां ते DSP सुचा सिंह बल ते थाना मुखी इंस्पैक्टर गुरचरण सिंह मौके ते पुजे, जिन्हां ने मृतकां दीआं लाशां नूं कब्जे विच लै के सिविल हस्पताल विखे पहुँचा दिता। सूत्रां तों इह वी पता लग्गा है कि राजबीर सिंह, जो कि किसी प्राइवेट कंपनी अंदर बतौर सिक्योरिटी जवान तैनात है, दी पत्नी गीत इंद्र कौर 8 महीनों तो गर्भवती सी। पुलिस ने शुरुआती जांच विच गीत इंद्र कौर दे पति राजबीर सिंह नूं हिरासत च लै के जांच शुरू कर दिती है। बाकी परिवार का कोई मुल नहीं गा, बहुत ही चंगा, जिन्ना भी आखी गए उन्ना ही चंगा। मेरे 6 साल हो गए, मेरी धी इत्थे वी आई, मेरी धी नूं कदी कंडे जिन्नी अजर नहीं उन्ना आउण दित्ती, ना द्योरां ना सस ने, बहुत वधिया परिवार, जिन्ना भी मैं कह सकां रब तो वध के भी कोई इहोजा परिवार दे विच गल नहीं है जी। गाड़ी हाड़ी उह धी दी किस्मत, पता नहीं की उहदे नाल रब ने कहर वरतिया, पर इहो जी बेटी उह भी नहीं सी साढ़े वास्ते, उह भी साडी धी आ। आप वो रोडवेज सी भाजी, भाजी वह सैलर च लगा अंबरसर, बच्चा उन्हों का जी इहो पहला बच्चा ही, पिछो उहदी एक बेटी आई सी नाल। ਕਮੀਤ ਉਹਨੂੰ ਆਉਂਦੇ। ਬਾਕੀ ਇੰਨੀਆਂ ਗੱਲਾਂ ਦਾ ਮੈਨੂੰ ਤਾਂ ਪਤਾ ਵਾ, ਜੋ ਵੀ ਅਸੀਂ ਬਹੁਤ ਘੱਟ ਆਈਦਾ ਵੀ ਆਖੀਦਾ ਧੀਆਂ ਦੇ ਘਰ ਚੰਗੇ ਨਹੀਂ ਲੱਗੇ। ਮੇਰੀ ਬੇਟੀ ਆ, ਨਾ ਨਾ ਮੇਰੀ ਬੇਟੀ ਆ ਏ ਜਿਹੜੀ ਵੱਡੀ ਨੂੰਹ ਉਹਨਾਂ ਦੀ, ਹਾਂਜੀ ਉਹ ਮੇਰੀ ਬੇਟੀ। ਨਾ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਬਹੁਤ ਪਰਿਵਾਰ ਵਧੀਆ ਆਪਦੇ ਘਰ ਰਹਿ ਰਿਹਾ ਸੀ। ਮਾਤਾ ਉਹਨਾਂ ਦੀ ਕੈਂਸਰ ਦਾ ਮਰੀਜ਼ ਆ, ਉਹ ਤਾਂ ਅੰਦਰ ਪਈ ਆ, ਪਿਓ ਉਹਨਾਂ ਦੇ ਦੀ ਡੈਥ ਹੋ ਗਈ ਸੀ ਪਹਿਲਾਂ ਉਹਨਾਂ ਦੇ ਦੀ, ਬੇਟਿਆਂ ਦੇ ਦੀ, ਉਹਨਾਂ ਦੀਆਂ ਬਾਹਾਂ ਵੱਡੀਆਂ ਗਈਆਂ ਸੀ ਵਿਚਾਰਿਆਂ ਦੀਆਂ, ਅਤੇ ਬਿਜਲੀ ਬੋਰਡ 'ਚ ਸੀ ਨੌਕਰੀ ਕਰਦੇ, ਅਤੇ ਉਹ ਵੀ ਆਪਦੇ ਟੈਨਸ਼ਨ ਦੇ ਨਾਲ ਹੀ ਮੁੱਕ ਗਏ। ਤੁਹਾਡੀਆਂ ਦਾ ਸਾਨੂੰ ਇਨਫੋਰਮੇਸ਼ਨ ਆਈ ਵੀ ਰਣਜੀਤਾ ਹਸਪਤਾਲ ਆ ਪੁਤਲੀ ਘਰ, ਉੱਥੇ ਕੋਈ ਸੂਸਾਈਡ ਕਰ ਗਿਆ, ਅਤੇ ਬੋਡੀਆਂ ਉੱਥੇ ਡੈੱਡ ਬੋਡੀਆਂ ਉੱਥੇ ਪਈਆਂ, ਅਸੀਂ ਉੱਥੇ ਗਏ ਮੌਕੇ 'ਤੇ, ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਕੀ ਅਸਲ ਤੱਥ ਆ। ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਹਦੇ ਮੁਤਾਬਕ ਪਰਚਾ ਦਰਜ ਕਰਕੇ, ਜੇ ਨਹੀਂ ਪਰਚਾ ਬਣਦਾ ਸੂਸਾਈਡ ਹੋਊਗੀ, ਉਸ ਮੁਤਾਬਕ ਕਾਰਵਾਈ ਕਰਕੇ ਅਤੇ ਸਾਰੇ ਤੱਥ ਸਾਹਮਣੇ ਲਿਆ ਕੇ। ਸਰ ਕਿਹੜੇ ਇਲਾਕੇ ਦੀ ਕਾਰਵਾਈ ਕੀਤੀ? ਗੁਰੂ ਤੇਗ ਬਹਾਦਰ ਨਗਰ ਦੀ। ਕਿੰਨੇ ਜਣੇ ਹਸਪੀਟਲ ਇਹ ਜੀ? 3 ਪਰਿਵਾਰ 'ਚ ਕੌਣ ਕੌਣ ਹੈ ਜੀ? ਪਰਿਵਾਰ ਦੇ ਵਿੱਚ 3, ਚੌਥਾ ਦਾ ਪਤੀ ਰਾਜਵੀਰ ਸਿੰਘ ਮ੍ਰਿਤਕ ਲੜਕੀ ਦਾ, ਅਤੇ ਇੱਕ ਛੋਟੀ ਬੱਚੀ 10 ਸਾਲ ਦੀ, ਇੱਕ ਉਹਦੀ ਲੜਕੀ ਮਰਨ ਵਾਲੀ ਦੀ ਮਦਰ ਆਈ ਉਹ। ਹਾਂਜੀ ਸਰ, ਪਤਾ ਲੱਗਾ ਕੋਈ ਜਨਾਨੀ ਪ੍ਰੈਗਨੈਂਟ ਹੈਗੀ ਵਿੱਚ? ਉਹ ਤਾਂ ਪੋਸਟਮਾਰਟਮ 'ਚ ਪਤਾ ਲੱਗੂ ਜੀ, ਇਹਦੇ ਬਾਰੇ ਹੁਣ ਆਪਾਂ ਨਹੀਂ ਕਹਿ ਸਕਦੇ, ਡਾਕਟਰ ਸਾਹਿਬ ਦਾ ਕੰਮ ਆ, ਸਾਡਾ ਨਹੀਂ ਹੈ। ਕੋਈ ਕਤਲ ਦੇ ਕਾਰਨ ਕੋਈ ਜਾਂ ਮਰਡਰ ਦਾ ਪਤਾ ਲੱਗਾ? ਉਹ ਇਨਵੈਸਟੀਗੇਸ਼ਨ ਕਰ ਰਹੇ ਜੀ, ਜੇ ਜੋ ਵੀ ਤੱਥ ਸਾਹਮਣੇ ਆਏ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ, ਇਹਦੇ 'ਚ ਕੋਈ ਵੀ ਢਿੱਲ ਨਹੀਂ ਵਰਤੀ ਜਾਊਗੀ। ਘਰੇਲੂ ਝਗੜਾ ਜਾਂ ਕੋਈ ਗੱਲਬਾਤ? ਸਾਰੀ ਤਫਤੀਸ਼ ਕਰ ਰਹੇ ਹਾਂ ਜੀ, ਸੀਨੀਅਰ ਅਫਸਰਾਂ ਦੀ ਨੌਲੇਜ 'ਚ ਆ, ਬਹੁਤ ਬਰੀਕੀ ਨਾਲ ਜਾਂਚ ਹੋਊਗੀ, ਜਾਂਚ ਤੋਂ ਬਾਅਦ ਜਿਹੜੀ ਵੀ ਕਾਰਵਾਈ ਬਣਦੀ ਉਹ ਅਸੀਂ ਜ਼ਰੂਰ ਕਰਾਂਗੇ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।